ਡੇਢ ਸਾਲਾ ਦਿਲਰੋਜ਼ ਕਤਲ ਮਾਮਲੇ ਦੇ ਵਿੱਚ ਅੱਜ ਲੁਧਿਆਣਾ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਲੁਧਿਆਣਾ ਕੋਰਟ ਦੇ ਵੱਲੋਂ ਜਿਹੜੀ ਉਸਦੀ ਗਵਾਂਢੀ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਲੰਮੇ ਸਮੇਂ ਤੋਂ 2021 ਤੋਂ ਜਿਹੜਾ ਇਹ ਦਿਲਰੋਜ਼ ਦਾ ਕੇਸ ਜਿਹੜਾ ਚੱਲ ਰਿਹਾ ਸੀ, ਤਾਂ ਅੱਜ ਮਾਨਯੋਗ ਲੁਧਿਆਣਾ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ। ਤੁਹਾਨੂੰ ਉੱਥੇ ਲੈ ਚੱਲਦੇ ਹਾਂ, ਲੁਧਿਆਣਾ ਕੋਰਟ ਦੇ ਵਿੱਚ ਉਹਨਾਂ ਦੇ ਐਡਵੋਕੇਟ ਭਾਵੁਕ ਹੁੰਦੇ ਨਜ਼ਰ ਆ ਰਹੇ ਨੇ ਅਤੇ ਕੀ ਕਹਿ ਰਹੇ ਨੇ ਐਡਵੋਕੇਟ, ਤੁਸੀਂ ਵੀ ਸੁਣੋ। ਹੈਲੋ, ਦੇਖੋ ਬਹੁਤ ਮਿਹਨਤ ਲੱਗੀ ਹੈਗੀ ਹੈ ਇਸ ਪਰਿਵਾਰ ਦੀ, ਸਾਰੇ ਬਰਦਾਸਾਂ ਸੀ ਸੁਸਾਇਟੀ ਦੀਆਂ, ਔਰ ਲੋਕਾਂ ਦੇ ਜਿਹੜਾ ਮਨਾਂ ਦੇ ਵਿੱਚ ਭਾਵਨਾ ਸੀਗੀ ਕਿ ਸਾਫ਼ ਕਰੋ ਮੈਡਮ ਸਾਹਿਬ, ਤੁਹਾਡਾ ਉੱਚੀ ਬੋਲਿਓ ਜੀ। ਅੱਜ ਜਿਹੜਾ ਹੈਗਾ ਫਾਈਨਲੀ ਜੱਜ ਸਾਹਿਬ ਨੇ 364 ਥੱਲੇ ਪਹਿਲੇ ਲਾਈਫ ਇੰਪ੍ਰਿਜ਼ਨਮੈਂਟ ਕੀਤੀ ਹੈ, 201 ਜਿਹੜਾ ਹੈਗਾ ਵੈ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ ਸਜ਼ਾ, ਔਰ 302 ਥੱਲੇ ਜਿਹੜਾ ਮਰਡਰ ਕੀਤਾ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ। ਇੱਕ ਬੜਾ ਰੇਅਰੈਸਟ ਆਫ ਦਾ ਰੇਅਰ ਕੇਸ ਹੈ ਅੱਜ, ਕਿਉਂਕਿ ਸੁਸਾਇਟੀ ਦੀਆਂ ਭਾਵਨਾਵਾਂ ਸੀਗੀਆਂ, ਹਰ ਇੱਕ ਮਾਂ ਦੀ ਭਾਵਨਾ ਸੀ, ਹਰ ਪਰਿਵਾਰ ਦਾ ਭਾਵਨਾ ਸੀਗੀ, ਉਹਦੇ ਕਰਕੇ ਟੂ ਸੈਂਟੈਂਸ ਟੂ ਡੈਥ ਕੀਤਾ ਬਾਏ ਹੈਂਗਿੰਗ, ਜਦ ਤੱਕ ਡੈਥ ਨਹੀਂ ਹੁੰਦੀ। ਇਹ ਆਰਡਰ ਜਿਹੜਾ ਹੈਗਾ ਬੜਾ ਫਾਰ ਫਲਾਈਟ, ਇਹਦੇ ਇੰਪੈਕਟ ਹੈਗੇ ਸੁਸਾਇਟੀ ਦੇ ਉੱਤੇ, ਸੁਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਕਿ ਇਨਸਾਫ ਜਿਹੜਾ ਹੈਗਾ ਦੂਰ ਹੁੰਦਾ, ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਹੈ ਤਾਂ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਇਨਸਾਫ ਦੂਰ ਮਿਲੂਗਾ। ਅੱਜ ਪਰਿਵਾਰ ਹੈ, ਮੇਰੇ ਬੱਚੇ ਵਾਂਗੂ ਨੇ ਸਾਰੇ, ਸਾਰੀ ਸਾਰਾ ਪਰਿਵਾਰ ਹੈਗਾ ਇੱਥੇ ਬੈਠਾ। ਬਾਹਰ ਆ ਜਾਓ ਜੀ, ਬਾਹਰ ਯਾਰ, ਪਿੱਛੇ ਹੋ ਜਾਓ ਯਾਰ।